ਤੇ ਜਿਹੜੇ ਜਿਹੜੇ ਨੰਬਰਾਂ ਤੋਂ ਕਾਲਾਂ ਆਈਆਂ ਸਾਨੂੰ, ਜਿਹੜੇ ਵਧੀਆ ਤਰੀਕੇ ਨਾਲ ਸਾਡੇ ਨਾਲ ਗੱਲ ਕਰਕੇ ਭਾਵੇਂ ਉਹ ਕਿਸੇ ਦੇ ਵੀ ਫੈਨ ਆ, ਉਹਨਾਂ ਦੀ ਉਹਨਾਂ ਦੇ ਨੰਬਰ ਆਪਾਂ ਨੇ ਕਿਸੇ ਨੂੰ ਵੀ ਦਿੱਤੇ, ਸਹੀ ਆ ਜੀ। ਤੇ ਜਿਹੜੀਆਂ ਕਾਲਾਂ ਸਾਨੂੰ ਐਵੇਂ ਹੀ ਬਿਨਾਂ ਵਜ੍ਹਾ ਤੋਂ ਹੀ ਉਹ ਜਿਹੜੇ ਕਰਦੇ ਰਹੇ ਆ, ਉਹ ਸਾਰੇ ਨੰਬਰ ਆਪਾਂ ਨੋਟ ਕਰ ਲਏ, ਆਪਾਂ ਪਹਿਲਾਂ ਕਿਸੇ ਨੂੰ ਕੁਛ ਨਹੀਂ ਕਿਹਾ, ਠੀਕ ਆ ਜੀ। ਪਹਿਲੀ ਮੈਂ ਪੋਸਟ ਡਿਲੀਟ ਕੀਤੀ ਸੀ ਉਸ ਦਿਨ, ਉਹਦਾ ਕਾਰਨ ਸੀ ਵੀ ਮੈਂ ਕਿਸੇ ਦੀ ਰਿਸਪੈਕਟ ਦੇ ਵਿੱਚ ਕੀਤੀ ਸੀ ਅਤੇ ਉਹ ਮੈਂ ਡਿਲੀਟ ਕਰਤੀ। ਉਹਦਾ ਤੁਸੀਂ ਇਹ ਡਿਲੀਟ ਕਰ ਗਿਆ ਪੋਸਟ, ਮੈਂ ਤਾਂ ਫਿਰ ਤੁਹਾਨੂੰ ਕਹਿੰਦਾ ਵੀ ਉਹ ਮੈਂ ਕਿਸੇ ਦੀ ਰਿਸਪੈਕਟ ਲਈ ਕੀਤੀ। ਪਰ ਹੁਣ ਆਹ ਜਿਹੜੀ ਗੱਲ ਕਹਿ ਰਹੇ ਹੋ ਤੁਸੀਂ, ਆਹ ਆਪਾਂ ਪੋਸਟਾਂ ਇਹ ਡਿਲੀਟ ਨਹੀਂ ਹੋਣੀਆਂ, ਆ ਜਿਹਦੀ ਜਿਹਦੀ ਆਈ ਡੀ 'ਤੇ ਜਿੱਦਾਂ ਜਿੱਦਾਂ ਕਮੈਂਟ ਆਏ ਹੁਣ ਤੁਹਾਨੂੰ ਪਤਾ ਲੱਗੂਗਾ। ਅਤੇ ਹੁਣ ਜਿਹੜੇ ਜਿਹੜੇ ਵੀ ਆ ਜਿਹੜੇ ਜਿਹੜੇ ਹੁਣ ਕਮੈਂਟ ਕਰਨਗੇ ਸਾਰੇ, ਹੁਣ ਵੇਖੀ ਜਾਓ ਤੁਸੀਂ, ਹੈ ਤੁਹਾਡੇ ਸਾਰਿਆਂ ਦੇ ਨੰਬਰ ਜਿਨ੍ਹਾਂ ਦੇ ਜਿਨ੍ਹਾਂ ਨੇ ਸਾਨੂੰ ਕਾਲਾਂ ਕੀਤੀਆਂ, ਜਿਹੜੇ ਸਾਡੀ ਗੱਲ ਨੂੰ ਸਮਝੇ। ਕਈ ਇੱਦਾਂ ਦੇ ਵਧੀਆ ਸੂਝਵਾਨ ਬੰਦੇ ਹੁੰਦੇ ਆ ਕਿ ਜਿਹੜੇ ਯਾਰ ਉਹ ਵਧੀਆ ਕਮੈਂਟ ਆਪਣਾ ਸੋਰੀ ਜਦੋਂ ਕਰਦੇ ਆ ਨਾ, ਕਾਲ ਕਰਦੇ ਸਾਨੂੰ, ਅਤੇ ਉਹ ਸਾਡੀ ਸੁਣਦੇ ਤਾਂ ਆਪਣੀ ਸੁਣਾਉਂਦੇ ਬੜੇ ਵਧੀਆ ਤਰੀਕੇ ਨਾਲ। ਸੋ ਕਾਲਡ ਫੈਨ ਭਾਵੇਂ ਕਿਸੇ ਦਾ ਵੀ ਆ, ਉਹਨੂੰ ਆਪਾਂ ਕਹਿੰਦੇ ਵੀ ਯਾਰ ਵਧੀਆ ਬੰਦੇ ਆ, ਗੁੱਡ ਬੰਦੇ ਆ, ਸਹੀ ਆ ਜੀ। ਅਤੇ ਜਿਹੜੇ ਹੁਣ ਮੈਂ ਕੱਲ੍ਹ ਰਾਤ ਦੀ ਗੱਲ ਦੱਸਦਾ, ਇੱਕ ਮੈਂ 1:30 ਵਜੇ ਮੈਨੂੰ ਕਾਲ ਆਈ ਇੱਕ ਇੰਡੀਆ ਤੋਂ, ਗੱਲ ਸੁਣਨ ਵਾਲੀ ਬੜੀ ਹਾਸੇ ਵਾਲੀ ਗੱਲ ਜੇ, ਕਾਲ ਆਈ ਇੰਡੀਆ ਤੋਂ, ਮੈਂ ਚੁੱਕੀ ਯਾਰ 1 ਵਜੇ ਦਾ ਰਾਤ ਦਾ ਟਾਈਮ, ਮੈਂ ਚੁੱਕੀ, ਮੈਂ ਸੁੱਤਾ ਯਾਰ ਉਹ ਵੇਲੇ, ਮੈਂ ਹਾਂ ਵੀ ਹਾਂਜੀ ਵੀਰੇ ਹੈਲੋ, ਉਹ ਪਤਲੀ ਜਿਹੀ ਆਵਾਜ਼ ਬਰੀਜ ਕਹਿੰਦਾ ਕਹਿੰਦਾ ਮਨਿੰਦਰ ਬਾਟ ਬੋਲਦਾ ਵੀਰੇ, ਮੈਂ ਹਾਂ ਵੀਰ ਜੀ ਹੁਕਮ, ਉਹ ਤੂੰ ਗਲਤ ਕੋਈ ਬੋਲਦਾ ਓਏ, ਉਹ ਤੂੰ ਬਦਮਾਸ਼ ਆ ਓਏ, ਐਦਾਂ ਬੋਲਿਆ ਮੈਂ, ਚੱਲ ਚਪੇੜਾ ਨਾ ਖਾਵੀ ਮੇਰੇ ਕੋਲ, ਚੱਲ ਫੋਨ ਕੱਢ। ਜਦੋਂ ਮੈਂ ਮਾਰਿਆ ਦੌਕਾ, ਉਹ 2 ਮਿੰਟ ਲਈ ਚੁੱਪ ਹੋ ਗਿਆ, ਆਉਂਦਾ ਭਾਅ ਜੀ ਤੁਸੀਂ ਮੈਂ ਤੁਸੀਂ ਮੈਨੂੰ ਗੁੱਸੇ 'ਚ ਕੋਈ ਬੋਲਣ ਡੇ, ਮੈਂ ਕਿਹਾ ਤੂੰ ਕਿੱਦਾਂ ਬੋਲਿਆ, ਮੈਂ ਫੋਨ ਕੱਟਤਾ। ਹੁਣ ਉਸ ਤੋਂ ਬਾਅਦ ਵੇਖਿਆ ਕੀ ਮੈਂ ਉਹਦੀ ਫੋਟੋ, ਕੀ ਸੀ, 17-18 ਸਾਲਾਂ ਦਾ ਜਵਾਕ, 17-18 ਸਾਲਾਂ ਦਾ ਜਵਾਕ ਜਿਹੜਾ ਫੋਨ ਕਰਕੇ ਧਮਕੀਆਂ ਦੇਣ ਡਿਆ, ਸਹੀ ਆ ਨਾ। ਇਹ ਕਰਕੇ ਜਿਹੜੇ ਨੰਬਰਾਂ ਤੋਂ ਸਾਨੂੰ ਆਈਆਂ ਨਾ ਕਾਲਾਂ ਮਾੜੀਆਂ, ਉਹ ਸਾਰੇ ਨੰਬਰ ਮੈਂ ਕਰਤੇ ਆ, ਉਹ ਕੋਈ ਨਹੀਂ ਪਤਾ ਲੱਗ ਜੂ ਦਿਹਾੜੀ ਲੰਘ ਕੇ ਸਾਰਿਆਂ ਨੂੰ। ਅਤੇ ਜਿਹੜੇ ਮਾੜੇ ਕਮੈਂਟ ਵਾਲੇ ਆ, ਉਹ ਉਹਨਾਂ ਦੀਆਂ ਜਿਹੜੀਆਂ ਆਈਡੀਆਂ ਵੀਡੀਓ ਸਭ ਚੱਲ ਗਈਆਂ ਨੇ, ਕਿਉਂਕਿ ਮੈਂ ਪੋਸਟਾਂ ਦੇ ਜਿਹੜੇ ਉਹ ਦੇ ਦਿੱਤੇ ਸਾਰੇ, ਉਹ ਕੀ ਕਹਿੰਦੇ ਹੁੰਦੇ ਆ ਰੱਬ ਤੁਹਾਡਾ ਭਲਾ ਕਰੇ ਲਿੰਕ, ਉਹ ਮੈਂ ਤਾਂ ਨਹੀਂ ਪੋਸਟਾਂ ਨੂੰ ਡਿਲੀਟ ਕਰਨੀਆਂ, ਹੋ ਜੂ ਆਪੇ ਨਿਤਾਰੇ ਸਾਰੇ, ਠੀਕ ਆ ਜੀ। ਅਤੇ ਬਾਕੀ ਗੱਲ ਰਹੀ ਗਾਇਕੀ ਗੁਇਕੀ ਦੀ ਵੀਰੇ, ਗਾਇਕੀ ਇੱਦਾਂ ਚੱਲਦੀ ਰਹਿਣੀ ਆ, ਅਤੇ ਕੋਈ ਨਹੀਂ ਦਿਲਜੀਤ ਸਿੰਘ ਮੇਰਿਆ ਸਾਲਿਆ, ਫਿਰ ਤੂੰ ਹੁਣ ਤੁਸੀਂ ਗਾਲ ਕੱਢਦੇ ਤਾਂ ਫਿਰ ਮੇਰੇ ਕੋਲ ਵੀ ਗਾਲ ਖਾਣੀ ਆ ਨਾ, ਗਾੜੀਆਂ ਤਾਂ ਮੈਂ ਤੁਹਾਨੂੰ ਉੱਧਰ ਨੂੰ ਵੀ ਆਖਿਆ ਅਗਲੇ ਬੰਨੇ ਖੂਹ ਆ, ਇਹ ਖੂਹ 'ਚ ਜਿੱਦਾਂ ਦੀ ਰਿਵਾਜ਼ ਦਓਗੇ ਡਬਲ ਹੋ ਕੇ ਆਉਣੀ ਆ, ਠੀਕ ਆ। ਅਤੇ ਇਸ ਕਰਕੇ ਥੋੜ੍ਹਾ ਜਿਹਾ ਹਿਸਾਬ ਨਾਲ, ਬਾਕੀ ਜੇ ਬਹੁਤੀ ਜੇ ਅਜੇ ਤਾਂ ਸਾਡੀ ਸ਼ਰੀਫੀ ਆ, ਅਤੇ ਅਜੇ ਜੇ ਤੁਸੀਂ ਗੱਲ ਇਹ ਵੀ ਜੇ ਤੁਸੀਂ ਵੇਖਣਾ ਹੋਣਾ, ਮਤਲਬ ਜੇ ਮੇਰੇ ਸਰਕਲ 'ਚ ਵੇਖ ਲਿਓ ਥਿੰਦ ਉਹਨਾਂ ਨੂੰ ਪੁੱਛ ਲਿਓ, ਸਹੀ ਆ। ਜੇ ਉਹ ਮੇਰੇ ਮੇਰੇ ਯਾਰ ਬੇਲੀ ਜਾਂ ਸੱਜਣ ਬੇਲੀ 'ਚ ਮੇਰੇ ਗਾਣਿਆਂ ਦੇ ਫੈਨ ਆ ਨਾ, ਅਤੇ ਜਦੋਂ ਅਸੀਂ ਕਦੇ ਇਕੱਠੇ ਬੈਠੀਏ ਤਾਂ ਕਹਿੰਦੇ ਇਹੋ ਕਹਿੰਦੇ ਹੁੰਦੇ ਆ, ਬਾਠ ਇੱਕ ਵਾਰੀ ਗਾਲ ਕੱਢ ਕੇ ਵਿਖਾ ਦੇ, ਜਦੋਂ ਬਾਠ ਗਾਲ ਕੱਢਦੇ ਨਾ ਇੱਕ ਵਾਰੀ ਜਿਹੜੀਆਂ ਗਾਲਾਂ ਕੱਢਦੇ ਉਹਨਾਂ ਨੂੰ ਕਹਿਣ ਡਿਆ, ਉਹ ਤਾਂ ਤੁਹਾਡੇ ਵਰਗਿਆਂ ਨੇ ਘਰੇ ਜਾ ਕੇ ਕਹਿਣਾ ਮੰਮੀ ਸਰਾਣੇ ਜੋ ਰੂੰ ਕੱਢ ਕੇ ਦੇ, ਬਾਠ ਦੀਆਂ ਗਾਲਾਂ ਅਜੇ ਵੀ ਕੰਨਾਂ 'ਚ ਸੁਣਦੀਆਂ ਨੇ, ਸਹੀ ਆ। ਗਾਲਾਂ ਸਾਰੇ ਘਰੋਂ ਕੱਢਣੀਆਂ ਆਉਂਦੀਆਂ, ਬਾਜੇ ਭੁਲੇਖਾ ਉਹਦੇ, ਇਹਨਾਂ ਨੂੰ ਪੁੱਛ ਲਿਓ ਥਿੰਦ ਉਹਨਾਂ ਨੂੰ, ਮੇਰੇ ਜਿਹੜੇ ਸੱਜਣ ਵੇਲੀ ਇੱਥੇ ਆਪਾਂ ਕੱਢਣੀਆਂ ਨਹੀਂ, ਸਹੀ ਆ। ਫਿਰ ਆਖੀਦਾ ਵੀ ਵਧੀਆ ਤਰੀਕੇ ਨਾਲ, ਹਾਂ ਆਪਣਾ ਤਰਕ ਰੱਖੋ, ਤਰਕ ਰੱਖਣ ਦਾ ਹਰ ਇੱਕ ਨੂੰ ਹੱਕ ਆ, ਪਰ ਗਾਲ ਨਹੀਂ ਕੱਢਣੀ, ਗਾਲ ਨਾ ਕੱਢੋ ਕਿਸੇ ਨੂੰ ਯਾਰ, ਤੁਸੀਂ ਤਰਕ ਰੱਖੋ ਆਪਣੀ, ਹਾਂ ਬਈ ਯਾਰ ਇੱਥੇ ਇੱਦਾਂ ਨਹੀਂ, ਇੱਦਾਂ ਹੋਣੀ ਚਾਹੀਦੀ ਗੱਲ, ਉਹ ਸਵਾਦ ਆਉਂਦਾ ਗੱਲ ਸੁਣਨ ਦਾ, ਮੈਂ ਤੁਹਾਡੀ ਗੱਲ ਸੁਣਾ ਤੁਸੀਂ ਮੇਰੀ ਸੁਣੋ, ਕਿੱਡੀ ਵਧੀਆ ਗੱਲ ਆ। ਇੱਕ ਛੋਟੇ ਛੋਟੇ ਜਵਾਕ ਯਾਰ, 15-20 ਸਾਲਾਂ ਜਵਾਕ ਮੂੰਹ ਤੋਂ ਬੋਤਲ ਦੁੱਧ ਦੀ ਛੁੱਟੀ ਆ, ਅਤੇ ਮੋਬਾਈਲ ਫੜ ਕੇ ਅਤੇ ਧਮਕੀਆਂ ਦੇਣ ਤੁਰ ਪਏ, ਹੁਣ ਸਾਰਿਆਂ ਦੇ ਨੰਬਰ ਮੈਂ ਦਿੱਤੇ ਆ, ਜੇ ਕੱਲ੍ਹ ਨੂੰ ਮੰਨ ਲਓ ਤੁਹਾਡੇ 'ਤੇ ਹੁਣ ਕਾਰਵਾਈ ਹੋ ਜਾਂਦੀ ਆ ਕੋਈ, ਤੁਹਾਡਾ ਪਾਸਪੋਰਟ ਵੀ ਨਹੀਂ ਬਣਨਾ ਇੰਡੀਆ 'ਚ, ਤਾਂ ਨੌਕਰੀਆਂ ਨਹੀਂ ਮਿਲਦੀਆਂ ਵੀਰਿਓ, ਤੁਹਾਡਾ ਮੁੜ ਕੇ ਪਾਸਪੋਰਟ ਨਹੀਂ ਬਣਨਾ, ਡੁਬਈ ਜਾ ਕੇ ਕੰਮ ਕਰਨ ਜੋਗੇ ਵੀ ਰਹਿਣਾ ਤੁਹਾਨੂੰ। ਇਸ ਕਰਕੇ ਪੜ੍ਹਾਈ ਵੱਲ ਖਿਆਲ ਰੱਖੋ ਦਓ। ਹਾਂ ਜੇ ਕੋਈ ਕਿਸੇ ਨੇ ਗੱਲ ਕੀਤੀ ਆ, ਜੇ ਤੁਹਾਨੂੰ ਲੱਗਦਾ ਨਾ ਵੀ ਇਹ ਗੱਲ ਗਲਤ ਆ ਜਾਂ ਇਹ ਇੱਦਾਂ ਨਹੀਂ ਇੱਦਾਂ ਹੋਣੀ ਚਾਹੀਦੀ ਆ, ਤਾਂ ਵੀਰੇ ਉਹ ਤੁਸੀਂ ਕਿਸੇ ਤਰਕ ਨਾਲ ਗੱਲ ਕਰੋ, ਸਹੀ ਆ। ਸੋ ਦੋਸਤੋ ਬਾਕੀ ਗੱਲ ਰਹੀ ਆ ਜਿਹੜੇ ਮੇਰਾ ਅਜੇ ਤਾਂ ਕੋਈ ਗਾਣਾ ਵੀਰੇ ਕਰਨ ਦਾ ਕੋਈ ਪਲੈਨ ਨਹੀਂ ਸੀ, ਕੋਈ ਮੇਰੇ ਕੋਲ ਗਾਣਾ ਹੈ ਬਣੇ ਤਾਂ ਪਏ ਸੀ, ਪਰ ਉਹ ਮੈਂ ਉਹ ਮੇਰੇ ਹੋਰ ਜੋਨਰ ਦੇ ਗਾਣੇ ਆ ਜਿਹੜੇ ਮੈਂ ਅਜੇ ਰਿਲੀਜ਼ ਨਹੀਂ ਕਰਨੇ, ਸਹੀ ਆ। ਮੇਰੇ ਕੋਲ ਉਸ ਟਾਈਪ ਦਾ ਕੋਈ ਗਾਣਾ ਨਹੀਂ ਵੀ ਜੋ ਅੱਜ ਚੱਲਣ ਡਿਆ ਵਾ, ਜੋ ਕਿੱਦਾਂ ਵੀ ਹੈ ਨਾ, ਉਹ ਜੇ ਮੈਂ ਕੋਈ ਵੀ ਗਾਣਾ ਜੇ ਮੈਂ ਕੀਤਾ ਨਹੀਂ ਗਾ, ਅਤੇ
ਬਟ ਅਜੇ ਮੈਂ ਫਿਰ ਇਹ ਜਿੱਦਾਂ ਹੁਣ ਲੋਕੀ ਕਹੀ ਜਾਂਦੇ ਆ ਨਾ ਤੇਰਾ ਗਾਣਾ ਆਉਣਾ ਉਹ ਭਰਾਓ ਜਿਹੜੀ ਮੈਂ ਉਹ ਫੋਟੋ ਪਾਈ ਸੀ ਨਾ ਬਲਜੀਤ ਸੰਧੂ ਉਹ ਬਸ ਤੇਰਾ ਦਿੱਤਾ ਗਿਆ ਸਮਝ ਲਾ ਕੰਮ ਹੈ ਤੈਨੂੰ ਤੈਨੂੰ ਹੁਣ ਤੇਰੀ ਮਾਂ ਹੀ ਬਚਾਊਗੀ ਟੈਨਸ਼ਨ ਨਾ ਲੈ ਤੇਰੀ ਕੁੱਟੀ ਕੁੱਟੀ ਕਰਨ ਡਿਆ ਨਾ ਤੂੰ ਇਹ ਸਭ ਤੁਹਾਡੇ ਹੋ ਜਾਣੇ ਸਾਰਾ ਕੰਮ ਟੈਨਸ਼ਨ ਨਾ ਲਓ ਵਧੀਆ ਤਰੀਕੇ ਨਾਲ ਬੋਲਿਆ ਕਰੋ ਸਹੀ ਹੈ ਨਾ ਤੇ ਵਧੀਆ ਤਰੀਕੇ ਨਾਲ ਬੋਲੋ ਹੁਣ ਉਹ ਉਹ ਜਿਹੜੇ ਆਪਣਾ ਗੱਲ ਕਰੀਏ ਹੁਣ ਤੁਹਾਡੇ ਵਰਗੇ ਯਾਰ ਆਪਣਾ ਲੜਾਉਂਦੇ ਆ ਸਿੰਗਰਾਂ ਨੂੰ ਆਪੋ 'ਚ ਹੁਣ ਜਿਹੜੀ ਸਾਡੀ ਗੱਲ ਹੋਈ ਉਹ ਅਗਲਿਆਂ ਸਮਝ ਲਈ ਮੈਨੂੰ ਤਾਂ ਲੱਗਦਾ ਪੋਜ਼ਿਟਿਵ ਇਹਨਾਂ ਅਗਲੇ ਨਾਲ ਲਈ ਵਧੀਆ ਗੱਲ ਆ ਮੈਂ ਕਿਹੜੀ ਮਾੜੀ ਗੱਲ ਆਉਂਦਾ ਮੈਂ ਤਾਂ ਉਹ ਨਾ ਵੀ ਹਰ ਕਿਸੇ ਰਿਸਪੈਕਟ ਕਰੋ ਡਿਸਰਿਸਪੈਕਟ ਕਿਸੇ ਨੂੰ ਨਾ ਕਰੋ ਅੱਗੇ ਵਧੋ ਠੀਕ ਆ ਨਾ ਆਪਣਾ ਕੋਈ ਇਹ 'ਚ ਕੋਈ ਇੱਦਾਂ ਦਾ ਨਹੀਂ ਗਾ ਕੋਈ ਕੰਮ ਤੋਂ ਆਏ ਹਾਂ ਕੰਮ ਕਾਰ ਕਰਦੇ ਹਾਂ ਇੱਥੇ ਗਾਇਕੀ ਤੋਂ ਥੋੜ੍ਹਾ ਰੋਟੀ ਖਾਣ ਡੇ ਹਾਂ ਕਿ ਮੈਂ ਗਾਇਕੀ 'ਚੋਂ ਫੇਮ ਭਾਲਣਾ 12 'ਚ ਭਾਲ ਲਿਆ ਫੇਮ ਉਦੋਂ ਡਾਈਪਰ ਲਾਉਂਦੇ ਜਿਹੜੇ ਜਵਾਕ ਨਿੱਕੇ ਨਿੱਕੇ ਨਾ ਇਹ ਡਾਈਪਰ ਲਾਉਂਦੇ ਜਦੋਂ ਮੈਂ ਫੇਮ ਭਾਲ ਗਿਆ 2012 'ਚ ਤੇ ਜਿਹਨਾਂ ਕਈ ਕਈ ਸਾਲੇ ਜਿਹੜੇ ਗਾਲਾਂ ਕੱਢਦੇ ਆ ਹੈ ਇਹਨਾਂ ਦੇ ਕਈਆਂ ਦੀਆਂ ਮਸ਼ੂਕਾਂ ਗਈਆਂ ਹੋਣੀਆਂ ਤੇ ਰਾਤ ਨੂੰ ਜਾਈ 'ਚ ਮੂੰਹ ਦੇ ਕੇ ਤੇਰਾ ਚੇਤਾ ਹੀ ਸੁਣਦੇ ਨੇ ਤਿੰਨੇ ਪਾਰਟ ਸਹੀ ਆ ਇਸ ਕਰਕੇ ਕਿਸੇ ਨੂੰ ਮਾੜਾ ਨਾ ਆਖਿਆ ਕਰੋ ਯਾਰ ਐਂ ਵਧੀਆ ਰਹੋ ਤੇ ਆਪਣੀ ਜਿਹੜੀ ਆ ਜ਼ਿੰਦਗੀ ਜਿਹੜੀ ਆ ਨਾ ਇਹਨੂੰ ਵਧੀਆ ਤਰੀਕੇ ਨਾਲ ਇਹਨੂੰ ਜਿਉਂ ਸਹੀ ਆ ਇਹਨੂੰ ਇਹਨੂੰ ਵਧੀਆ ਤਰੀਕੇ ਨਾਲ ਜਿਉ ਤੇ ਹਾਂ ਦੂਜੀ ਗੱਲ ਮੇਰੇ ਕੋਲੋਂ ਗਾਣਾ ਅਜੇ ਤਾਂ ਕੋਈ ਬਣਿਆ ਨਹੀਂ ਮੈਂ ਰਾਤੀ ਵੋਕਲ ਕੀਤੀ ਆ ਪਰ ਕੋਈ ਨਹੀਂ ਕਰ ਲਈ ਨੇ ਵੀਰੇ ਗਾਣੇ 'ਚ ਬਾਹਲੀ ਗੱਲ ਤੁਹਾਨੂੰ ਗਾਣੇ ਨਾਲ ਖੁਰਕ ਤੁਹਾਡੀ ਹਟਣੀ ਆ ਜਿਹੜੇ ਮਾੜਾ ਬੋਲਦੇ ਮੈਂ ਉਹਨਾਂ ਦੀ ਕਹਿਣ ਡਿਆ ਜਿਹੜੇ ਮੈਨੂੰ ਵਧੀਆ ਤਰੀਕੇ ਨਾਲ ਸੁਣਨ ਵਾਲੇ ਜਾਂ ਮੇਰੀ ਕੋਈ ਕਮੀ ਪੇਸ਼ੀ ਵਧੀਆ ਤਰੀਕੇ ਨਾਲ ਦੱਸਣ ਵਾਲੇ ਆ ਨਾ ਆਈ ਰੀਅਲੀ ਰਿਸਪੈਕਟ ਦੈਮ ਠੀਕ ਆ ਨਾ ਮੈਂ ਸਾਰਿਆਂ ਦੀ ਰਿਸਪੈਕਟ ਕਰਦਾ ਜਿਹੜੇ ਮੈਨੂੰ ਵਧੀਆ ਤਰੀਕੇ ਨਾਲ ਲੈਂਦੇ ਆ ਹਾਂ ਵੀ ਠੀਕ ਆ ਯਾਰ ਵੀ ਹਾਂ ਜੇ ਹਰ ਬੰਦਾ ਫਿਰ ਮੈਂ ਕਹਿੰਦਾ 100 ਕਲਾ ਸੰਪੂਰਨ ਨਹੀਂ ਹੁੰਦਾ ਤੇ ਜੇ ਕੋਈ ਮੇਰੇ 'ਚ ਕਮੀ ਆ ਤੁਸੀਂ ਮੈਨੂੰ ਬੜੇ ਪਿਆਰ ਨਾਲ ਦੱਸੋ ਵਧੀਆ ਤਰੀਕੇ ਨਾਲ ਦੱਸੋ ਆਪਣਾ ਕਿਸੇ ਸਿੰਗਰ ਨਾਲ ਵੈਰ ਵਿਰੋਧ ਨਹੀਂ ਸਾਰੇ ਭਰਾ ਨੇ ਸਾਡੇ ਨਾ ਸਿੱਧੂ ਨਾ ਨਾ ਕਿਸੇ ਨਾਲ ਉਹ ਮੈਂ ਉਹਨੂੰ ਗੱਲ ਕਹੀ ਉਹ ਮੈਂ ਕਹੀ ਵੀ ਯਾਰ ਤੂੰ ਮੇਰਾ ਭਰਾ ਇੱਦਾਂ ਰੱਖ ਫਿਰ ਕੀ ਹੋ ਗਿਆ ਕਹਿ ਨਹੀਂ ਸਕਦੇ ਅਸੀਂ ਕੋਈ ਇਹਦਾ ਮਤਲਬ ਇਹ ਥੋੜ੍ਹਾ ਵੀ ਅਸੀਂ ਲੜਨਾ ਹੁਣ ਤੁਹਾਡੇ ਵਰਗੇ ਆਣ ਕੇ ਇੱਥੇ ਗਾਲਾਂ ਕੱਢਦੇ ਆ ਉਹ ਸਿੰਗਰ ਮੱਚਦਾ ਆ ਫਿਰ ਸਿੰਗਰ ਉਦੋਂ ਬੰਦੇ ਨੂੰ ਕਹਿੰਦਾ ਤੂੰ ਕਰਾਉਣ ਡਿਆ ਮੈਂ ਨਹੀਂ ਕਹਿੰਦਾ ਵੀ ਉਹ ਕਰਾਉਣ ਡਿਆ ਮੈਂ ਇਹ ਨਹੀਂ ਕਹੂੰਗਾ ਵੀ ਮੇਰੇ ਨਾਲ ਇਹ ਕੰਮ ਉਹ ਕਰਾਉਣ ਡਿਆ ਇਹ ਤੁਹਾਡੀ ਆਪਣੀ ਸੋਚ ਆ ਤੁਸੀਂ ਕਿੱਦਾਂ ਸੋਸ਼ਲ ਮੀਡੀਆ ਨੂੰ ਵਰਤਣਾ ਆ ਇਹਨੂੰ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਨਾਲ ਕਿਵੇਂ ਕਰਨਾ ਸਹੀ ਆ ਨਾ ਤੇ ਦੂਜੀ ਗੱਲ ਆ ਵੀ ਆ ਗਾਣੇ ਗੁਣੇ ਦੀ ਜਿਹੜੀ ਗੱਲ ਗਾਣੇ ਦੀ ਭਰਾਓ ਰਾਤੀ ਵੋਕਲ ਕੀਤੀ ਹੈ ਕਦੀ ਅੱਜ ਇੱਦਾਂ ਦੇ ਲੋਕ ਮੈਨੂੰ ਕਰਨ ਡੇ ਕਮੈਂਟ ਕਮੁੰਟ 'ਚ ਇੱਦਾਂ ਦਾ ਇਹਨਾਂ ਦੇ ਇਹਨਾਂ ਲੋਕਾਂ ਨੂੰ ਵੀ ਹਾਂ ਠੀਕ ਆ ਵੀ ਤੁਹਾਨੂੰ ਭਰਾ ਦੱਸ ਹੀ ਦਿੰਦੇ ਆ ਵੀ ਗਾਇਕੀ ਹੁੰਦੀ ਕੀ ਆ ਸਹੀ ਆ ਜੇ ਕੋਈ ਸ਼ੱਕ ਹੋਊ ਤੇ ਗਾਂਹ ਦੱਸ ਦਾਂਗੇ ਯਾਰ ਗਾਉਂਦੇ ਰਹਿਣਾ ਸਾਰੀ ਜ਼ਿੰਦਗੀ ਇਹ ਗਾਇਕੀ ਨਹੀਂ ਮੁੱਕਣੀ ਤੇ ਦੂਜੀ ਗੱਲ ਮੈਨੂੰ ਕੋਈ ਫੇਮ ਦੀ ਲੋੜ ਨਹੀਂ ਮੈਨੂੰ ਕੋਈ ਫੇਮ ਨਹੀਂ ਚਾਹੀਦਾ ਆਹ ਵੇਖੋ ਆਹ ਕੰਮ ਕਰਕੇ ਆ ਕੰਮ ਹੱਕ ਦੀ ਖਾਂਦੇ ਆ ਠੀਕ ਆ ਕੰਮ ਕਰਕੇ ਹੱਥੀਂ ਕਿਰਤ ਕਰਕੇ ਖਾਣ ਵਾਲੇ ਬੰਦੇ ਆ ਤੇ ਸਾਰੇ ਇੱਦਾਂ ਰੱਖੋ ਆਪਣੀ ਜ਼ਿੰਦਗੀ ਵਧੀਆ ਰੱਖੋ ਇੱਦਾਂ ਹੁਣ ਅੱਜ ਮੈਂ ਸਾਰੇ ਹੁਣ ਮੈਂ ਸਾਰਿਆਂ ਦੇ ਦੇ ਤੇ ਨੰਬਰ ਜਿਹੜੀਆਂ ਮੈਨੂੰ ਕਾਲਾਂ ਆਈਆਂ ਮੈਂ ਸਾਰਿਆਂ ਨੂੰ ਸਾਰੇ ਨੰਬਰ ਦੇ ਤੇ ਆ ਸਹੀ ਆ ਹੁਣ ਉਹਨਾਂ ਦੇ 'ਚ ਮੰਨ ਲਓ ਕਾਰਵਾਈ ਹੁੰਦੀ ਆ ਹੁਣ ਉਹ ਬੰਦੇ ਜਿਹੜੇ ਆ ਉਹ ਕੱਲ੍ਹ ਨੂੰ ਕੋਈ ਹੋਣਾ ਨਾ ਜਾਂ ਮਤਲਬ ਵੀ ਕੱਲ੍ਹ ਨੂੰ ਉਹ ਬੰਦੇ ਜਿਹੜੇ ਆ ਉਹਨਾਂ 'ਤੇ ਕੋਈ ਕਾਰਵਾਈ ਹੋਈ ਫਿਰ ਇਹ ਫਿਊਚਰ ਖਰਾਬ ਕਰਨ ਵਾਲੀਆਂ ਗੱਲਾਂ ਨੇ ਇੱਦਾਂ ਨਾ ਕਰੋ ਸਹੀ ਆ ਅਤੇ ਹੁਣ ਆਹ ਜਿਹੜੀਆਂ ਦੋ ਪੋਸਟਾਂ ਥੱਲੇ ਮੈਂ ਡਿਲੀਟ ਨਹੀਂ ਕਰਦਾ ਇਹ ਤੁਹਾਡੇ ਹੁਣ ਜਿਨ੍ਹਾਂ ਨੇ ਕਮੈਂਟ ਕਮੁੰਟ ਜਾਂ ਕੀਤੇ ਮਾੜੇ ਉਹ ਹੁਣ ਆਈਡੀਆਂ ਉਹਦੀਆਂ ਸਭ ਚੱਲ ਗਈਆਂ ਨੇ ਉਹ ਕਰ ਲੈਣਗੇ ਆਪੇ ਜਿਨ੍ਹਾਂ ਨੇ ਕਰਨਾ ਹੁਣ ਸਹੀ ਆ ਅਤੇ ਗਾਣਾ ਆਪਣਾ ਆ ਰਿਹਾ ਜੇ ਹੁਣ ਮੈਂ ਅੱਜ ਕਹਿੰਦਾ ਠੋਕ ਕੇ ਕਹਿੰਦਾ ਪਹਿਲਾਂ ਮੇਰਾ ਗੀਤ ਕੋਈ ਨਹੀਂ ਆਉਣਾ ਅਜੇ ਕਿਉਂਕਿ ਮੇਰਾ ਇੱਕ ਮਹੀਨਾ ਕੋਈ ਪਲੈਨ ਨਹੀਂ ਆਪਾਂ ਇੱਥੇ ਕਮਾ ਕੇ ਫਿਰ ਪੈਸੇ ਲਾਉਣੇ ਹੁੰਦੇ ਗਾਣੇ 'ਤੇ ਆਪਣੇ ਕੋਲ ਬਹੁਤੇ ਪੈਸੇ ਨਹੀਂ ਹੈਗੇ ਗਾਣਿਆਂ 'ਤੇ ਲਾਉਣ ਨੂੰ ਸ਼ਰੇਆਮ ਕਿੰਨਾ ਆਪਾਂ ਪੈਸੇ ਕਮਾ ਕੇ ਇੱਥੇ ਫਿਰ ਗਾਣੇ 'ਤੇ ਲਾਉਣੇ ਹੁੰਦੇ ਤਰੀਕ ਮਿੱਥੀ ਹੁੰਦੀ ਵੀ ਯਾਰ ਮਹੀਨੇ ਨੂੰ ਕੱਢਣਾ ਗਾਣਾ ਇੰਨੇ ਕੁ ਪੈਸੇ ਲਾਉਣੇ ਆ ਹੁਣ ਮੈਂ ਗਾਣੇ 'ਤੇ ਪੈਸਾ 54 ਵੀ ਨਹੀਂ ਲਾਉਣੀ ਆਪਣੇ 'ਤੇ ਗਾਣਾ ਮੈਂ ਕੱਢ ਦੇਣਾ ਜੇ ਪਰ ਜਿਹੜੇ ਮੇਰੇ ਚਾਹੁਣ ਵਾਲੇ ਆ ਜਾਂ ਮੈਨੂੰ ਵਧੀਆ ਤਰੀਕੇ ਨਾਲ ਲੈਂਦੇ ਆ ਮੇਰੇ ਭਰਾ ਉਹਨਾਂ ਨੂੰ ਸਲਿਊਟ ਆ ਅਤੇ ਉਹਨਾਂ ਨੂੰ ਰਿਸਪੈਕਟ ਆ ਅਤੇ ਜਿਹੜੇ ਜਿਹੜੇ ਮਾੜਾ ਚੰਗਾ ਕਹਿੰਦੇ ਯਾਰ ਤੁਸੀਂ ਵੀ ਥੋੜ੍ਹੀ ਸੋਚ ਵਧੀਆ ਰੱਖੋ ਤੁਸੀਂ ਪੜ੍ਹੇ ਲਿਖੇ ਤੁਸੀਂ ਕਿਹੜੇ ਅਨਪੜ੍ਹ ਜੇ ਵਧੀਆ ਤੁਸੀਂ ਬੰਦੇ ਜੇ ਹੈ ਅਤੇ ਇਹ ਕਰਕੇ ਤੁਸੀਂ ਥੋੜ੍ਹਾ ਜਿਹਾ ਆਪਣਾ ਰੱਖਿਆ ਕਰੋ ਵਧੀਆ ਸਲੀਕਾ ਹਰ ਇੱਕ ਬੰਦੇ ਨਾਲ ਅਤੇ ਗੀਤ ਆ ਰਿਹਾ ਜੇ ਆਪਣਾ ਅੱਜ ਮੈਂ ਰਾਤ ਨੂੰ ਪੋਸਟਰ ਵੀ ਸ਼ੇਅਰ ਕਰਨਾ ਜੇ ਹੁਣ ਅਜੇ ਪਰ ਮੈਂ ਵੋਕਲ ਰਾਤੀ ਕੀਤੀ ਉਹਦੀ ਅਜੇ ਫਾਈਨਲ ਫਾਈਨਲ ਵੀ ਕਾਹਦੀ ਵੀ ਸਾਰੀ ਕੱਲ੍ਹ ਹੀ ਕਰਤਾ ਸਾਰਾ ਗੀਤ ਸਹੀ ਆ ਕੱਲ੍ਹ ਹੀ ਕੀਤਾ ਗੀਤ ਮੈਂ ਰਿਕਾਰਡ ਮੇਰਾ ਪਹਿਲਾਂ ਕੋਈ ਗੀਤ ਬਣਿਆ ਹੀ ਨਹੀਂ ਪਿਆ ਬਣੇ ਜਿਹੜੇ ਪਏ ਸੀ ਉਹ ਹੋਰ ਜੋਨਰ ਦੇ ਆ ਉਹ
ਜਿੱਦਾਂ ਦੇ ਹੁਣ ਤੁਸੀਂ ਕਮੈਂਟ ਕਰਨ ਡੇ ਹੋ ਜਾਂ ਤੁਹਾਨੂੰ ਉਹਨਾਂ ਲੋਕਾਂ ਨੂੰ ਜਿਹੜੇ ਕਮੈਂਟ ਮਾੜਾ ਕੇ ਕਰਦੇ ਸੀ ਉਹਨਾਂ ਨੂੰ ਸੁਣਾਉਣ ਲਈ ਤਾਂ ਫਿਰ ਗੀਤ ਕੁਛ ਉਦਾਂ ਦਾ ਹੀ ਕਰਨਾ ਪੈਣਾ ਹੈ ਨਾ। ਪਰ ਜਿਹੜੇ ਮੇਰੇ ਦੂਜੇ ਜੋਨਰ ਦੇ ਗੀਤ ਫਿਰ ਤੁਸੀਂ ਆਖੋਗੇ ਯਾਰ ਤੂੰ ਤਾਂ ਇੱਦਾਂ ਦੇ ਕਰੀ ਜਾਂਦਾ ਵਾ ਫਿਰ ਤੂੰ ਸਟੇਜ ਦੀਆਂ ਗੱਲਾਂ ਕਰਦਾ ਹੈ ਨਾ। ਫਿਰ ਉਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਵੀ ਮੈਂ ਰਾਤੀ ਗੀਤ ਕੀਤਾ, ਪੋਸਟਰ ਵੀ ਮੇਰੇ ਕੋਲ ਬਣ ਕੇ ਆ ਗਿਆ ਅਤੇ ਆਹ ਬਾਕੀ ਮੈਂ ਰਿਪੋਰਟ ਕਰਤੀ ਵੀਰੇ, ਸਾਰੇ ਨੰਬਰ ਮੇਰੇ ਕੋਲ ਆ ਗਏ ਜਿਹੜੇ ਇੰਡੀਆ ਵਾਲੇ ਨੰਬਰਾਂ 'ਤੇ ਸਾਡੇ ਕੱਲ੍ਹ ਆਈਆਂ ਜਿਹੜੀਆਂ ਮੈਨੂੰ ਇੱਥੇ ਆਈਆਂ ਜਿਹੜੇ ਵੀਰਾਂ ਨੇ ਉਹ ਵੀ ਮੈਂ ਨੰਬਰ ਨੋਟ ਕਰ ਲਏ ਨਾਲ ਨਾਲ ਜਿਹੜੇ ਮੇਰੇ ਨਾਲ ਭਾਵੇਂ ਅੱਧਾ ਘੰਟਾ ਗੱਲ ਕੀਤੀ ਸਾਰਿਆਂ ਨੇ, ਭਾਵੇਂ ਜਿਨ੍ਹਾਂ ਨੇ ਮੇਰੇ ਨਾਲ 5 ਮਿੰਟ ਗੱਲ ਕੀਤੀ ਕਿਸੇ ਨੇ ਮੇਰੇ ਨਾਲ ਅੱਧਾ ਘੰਟਾ ਗੱਲ ਕੀਤੀ, ਵਧੀਆ ਤਰੀਕੇ ਨਾਲ ਜਿਹਨੇ ਕੀਤੀ ਉਹਨਾਂ ਦਾ ਨੰਬਰ ਵੀਰੇ ਮੈਂ ਨਹੀਂ ਦਿੱਤਾ। ਔਰ ਜਿਹੜੇ ਬੰਦਿਆਂ ਨੇ ਪੈਂਦਿਆਂ ਗਾਲੀ ਗਲੋਚ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਪੈਂਦਿਆਂ ਕੁਛ ਵੀ ਸੋਧਾ ਤਾਂ ਅਸੀਂ ਵੀ ਗਾਲੀਆਂ ਪੂਰਾ ਲਾਇਆ, ਉਹ ਤਾਂ ਤੁਹਾਨੂੰ ਮੈਂ ਦੱਸਿਆ ਵੀ ਜਿੱਦਾਂ ਦੀ ਆਵਾਜ਼ ਦਊਗਾ ਗਾਲੀ ਖੂਹ 'ਚ ਉਹ ਡਬਲ ਹੋ ਕੇ ਆਉਣੀ ਆ, ਠੀਕ ਆ ਜੀ। ਅਤੇ ਨੰਬਰ ਸਾਰੇ ਜਿਹੜੇ ਉਹ ਮੈਂ ਕਰਤੇ ਰਿਪੋਰਟ, ਅਤੇ ਜਿਹੜੀਆਂ ਥੱਲੇ ਤੁਸੀਂ ਗਾਲਾਂ ਕੱਢੀਆਂ ਨੇ ਆ ਕਮੈਂਟਾਂ ਦੇ ਵਿੱਚ ਮੇਰੇ ਵੀਰੋ ਉਹ ਵੀ ਸਾਰੀਆਂ ਮੈਂ ਉਹ ਦੋਵੇਂ ਦੇਤੀਆਂ ਨੇ, ਆਪਣਾ ਉੱਥੇ ਲਿੰਕ ਦੇ ਤੇ ਮੈਂ, ਉਹ ਤੁਹਾਡੇ ਨਾਲ ਆਪੇ ਹੁਣ ਹੋ ਜੂ ਗੱਲਬਾਤ। ਇਹ ਕਰਕੇ ਮੇਰੇ ਵੀਰ ਗਾਂਹ ਵੀ ਥੋੜ੍ਹਾ ਜਿਹਾ ਧਿਆਨ ਰੱਖੋ ਅਤੇ ਚੜ੍ਹਦੀ ਕਲਾ 'ਚ ਰਹੋ, ਗਾਣੇ ਗੁਣੇ ਆਉਂਦੇ ਹੁੰਦੇ ਰਹਿਣੇ ਆ, ਗਾਣਿਆਂ ਦੀ ਕਿਹੜੀ ਗੱਲ ਹੈ ਯਾਰ, ਗਾਣੇ ਅੱਗੇ ਅੱਗੇ ਕੰਟਰੋਵਰਸੀ ਨਾਲ ਗਾਣੇ ਚੱਲਦੇ ਸੀ ਮੇਰੇ, ਠੀਕ ਆ। ਗਾਣਾ ਚੱਲੇ ਨਾ ਚੱਲੇ ਮੈਨੂੰ ਨਹੀਂ ਪ੍ਰਵਾਹ ਪ੍ਰਭੂ ਯਾਰ ਕੋਈ, ਮੈਂ ਆਪਣੀ ਰੂਹ ਦੀ ਸ਼ਾਂਤੀ ਲਈ ਗੀਤ ਕਰਦਾ ਵੀ ਹਾਂ ਮੇਰਾ ਗੀਤ ਆ ਗਿਆ ਮਾਰਕੀਟ 'ਚ, ਲੱਖ ਬੰਦੇ ਨੇ ਸੁਣਿਆ, ਸੁਣਿਆ ਨਾ, ਦੈਟਸ ਇਟ। ਲੱਖ 'ਚੋਂ 10,000-2,000 ਬੰਦੇ ਨੇ, 1,000 ਬੰਦੇ ਨੇ ਲਾਈਕ ਕੀਤਾ ਨਾ, ਦੈਟਸ ਇਟ, ਨੋ ਪ੍ਰੋਬਲਮ। ਆਪਾਂ ਇਹ ਰੇਸ 'ਚੋਂ ਬਹੁਤ ਦੂਰ ਹਾਂ, ਸੋ ਇਸ ਕਰਕੇ ਰਿਸਪੈਕਟ, ਗਿਵ ਰਿਸਪੈਕਟ, ਟੇਕ ਰਿਸਪੈਕਟ ਮੇਰੇ ਭਰਾਓ। ਕੁਝ ਨਹੀਂ ਲੈ ਜਾਣਾ ਦੁਨੀਆ ਤੋਂ ਸਿੰਗਰਾਂ ਮਗਰ, ਤੁਸੀਂ ਐਵੇਂ ਨਾ ਕਮੈਂਟ ਕਰਿਆ ਕਰੋ ਉਹ ਵਿਚਾਰਾ ਸਿੰਗਰ ਭਾਵੇਂ ਕਹਿੰਦਾ ਬਣਾਵੇ ਕੋ, ਉਹਨੇ ਕੋਈ ਕੀਤਾ ਬਣਾਵੇ, ਉਹਨੇ ਕਿਹਾ ਬਣਾਵੇ ਕਿਸੇ ਨੂੰ ਤੁਸੀਂ ਕਮੈਂਟ ਕਰ ਜਾ ਕਿੱਦਾਂ, ਤਾਂ ਤੁਸੀਂ ਲੋਕ ਇੱਥੇ ਆਣ ਕੇ ਗੰਦ ਪਾਉਂਦੇ ਹੋ, ਫਿਰ ਤੁਸੀਂ ਆਪਣੀ ਔਕਾਤ ਦਿਖਾਉਂਦੇ ਹੋ, ਫਿਰ ਕੱਲ੍ਹ ਨੂੰ ਤੁਹਾਡਾ ਕੋਈ ਫਿਊਚਰ ਦਾ ਕੰਮ ਖਰਾਬ ਹੋਵੇ ਯਾਰ, ਉਹ ਤਾਂ ਹੁਣ ਚਲੋ ਤੁਹਾਨੂੰ ਪਤਾ ਲੱਗ ਹੀ ਜਾਣਾ ਵਾ, ਹੁਣ ਤੁਹਾਨੂੰ ਦਿਹਾੜੀ ਡੰਗ 'ਚ ਕੱਲ੍ਹਾਂ ਆ ਹੀ ਜਾਣੀਆਂ ਤੁਹਾਡੇ ਫੋਨਾਂ ਦੇ ਉੱਤੇ ਵੀ ਹਾਂ ਵੀ ਭਾਊ ਜੀ ਆਓ ਇੱਧਰ, ਸਭ ਰਿਕਾਰਡਿੰਗਾਂ ਭੇਜੀਆਂ ਨੇ, ਸਭ ਕੁਝ ਭੇਜਿਆ ਹੈ ਵਧੀਆ ਤਰੀਕੇ ਨਾਲ, ਤਸੱਲੀ ਤੁਹਾਡੀ ਹੋਊਗੀ ਜਿਹੜੇ ਜਿਨ੍ਹਾਂ ਨੇ ਗਲਤ ਕੀਤਾ। ਅਤੇ ਬਾਕੀ ਫਿਰ ਕਹਿੰਦਾ ਵੀ ਯਾਰ ਜਿੱਥੇ ਮੈਂ ਗਲਤ ਉੱਥੇ ਮੈਨੂੰ ਗਲਤ ਦੱਸਿਆ ਕਰੋ ਵੀ ਹਾਂ ਯਾਰ ਤੂੰ ਗਲਤ, ਪਰ ਵਧੀਆ ਤਰੀਕੇ ਨਾਲ, ਗੁੱਡ ਤਰੀਕੇ ਨਾਲ ਦੱਸੋ, ਅਤੇ ਰਿਸਪੈਕਟ ਦਿਓ ਤਾਂ ਰਿਸਪੈਕਟ ਲਓ। ਅਤੇ ਮਿਲਦੇ ਹਾਂ ਫਿਰ ਹੁਣ ਨਵੇਂ ਗਾਣੇ ਨਾ, ਉੱਦਾਂ ਮੈਂ ਕਰਨਾ ਨਹੀਂ, ਰਾਤੀ ਵੋਕਲ ਕੀਤੀ ਗਾਣਾ, ਇੱਕ ਦੋ ਦੋਵਾਂ ਚੌਵਾਂ ਦਿਨਾਂ 'ਚ ਬਣੂੰਗਾ, ਹੁਣ ਅਜੇ ਨਹੀਂ ਗਾ ਬਣਨਾ ਐਡੀ ਛੇਤੀ ਆਪਣੇ ਕੋਲ, ਤੁਹਾਨੂੰ ਪਤਾ ਹੀ ਆ। ਅਤੇ ਪੋਸਟਰ ਪਰ ਬਣ ਗਿਆ ਜੇ, ਪੋਸਟਰ ਮੈਂ ਅੱਜ ਕਰ ਦੇਣਾ ਰਿਲੀਜ਼, ਅਤੇ ਮੇਰੇ ਵੀਰ ਜੇ ਗੰਦ ਉੱਤੇ ਉਹਦੇ ਥੱਲੇ ਵੀ ਪਾਉਣਾ ਤਾਂ ਪਾ ਲਿਓ, ਸਭ ਸਭ ਜਾਣਗੇ, ਸਭ ਮਤਲਬ ਸਾਰੀਆਂ ਸਾਰੇ ਲਿੰਕ ਜਾਣਗੇ, ਉਹ ਤੁਹਾਨੂੰ ਪਤਾ ਲੱਗ ਜੂ ਫਿਰ ਬਾਅਦ 'ਚੋਂ, ਠੀਕ ਆ। ਅਤੇ ਬਾਕੀ ਫਿਰ ਕਹਿੰਦੇ ਹਾਂ ਵੀ ਧੰਨਵਾਦ ਤੁਹਾਡਾ ਸਾਰਿਆਂ ਦਾ ਦੋਸਤਾਂ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ, ਮੈਨੂੰ ਐਡੇ ਐਡੇ ਵਧੀਆ ਲੋਕ, ਕਈਆਂ ਦੇ ਮੈਨੂੰ ਨਾ ਫੋਨ ਆਏ ਜਿਹੜੇ ਆਏ ਬੜੇ ਤੱਤੇ, ਮਤਲਬ ਤੂੰ ਇੱਦਾਂ ਤੂੰ ਉੱਦਾਂ ਕੀਤਾ ਉੱਦਾਂ ਕੀ, ਫਿਰ ਜਦੋਂ ਮੇਰਾ ਪੱਖ ਸੁਣਿਆ ਫਿਰ ਉਹਨਾਂ ਨੇ ਫਿਰ ਉਹ ਮੇਰੇ ਨਾਲ ਵਧੀਆ ਤਰੀਕੇ ਨਾਲ, ਯਾਰ ਠੀਕ ਆ ਬਾਈ ਯਾਰ ਤੂੰ ਸਹੀ ਹੈ ਇਹ ਗੱਲ ਤੋਂ, ਤੂੰ ਵੈਸੇ ਸਹੀ ਆ, ਚਲੋ ਕਈ ਵਾਰੀ ਤੱਤੇ ਵਰਡ ਆਪਾਂ ਲਿਖ ਜਾਂਦੇ ਉਹਦਾ ਕੋਈ ਚੱਕਰ ਨਹੀਂ ਗਾ, ਠੀਕ ਆ। ਅਤੇ ਇਸ ਕਰਕੇ ਥੋੜ੍ਹਾ ਜਿਹਾ ਤੁਸੀਂ ਰੱਖੋ ਧਿਆਨ, ਤਾਂ ਫਿਰ ਅੱਜ ਪੋਸਟਰ ਕਰ ਦੇਣਾ ਮੈਂ ਆਪਣਾ ਅਪਲੋਡ, ਠੀਕ ਆ। ਅਤੇ ਜਿਹਨੇ ਜੋ ਆਪਣੇ ਜਿੱਦਾਂ ਦਾ ਤੁਸੀਂ ਕਰ ਸਕਦੇ ਕਮੈਂਟ ਤੁਹਾਡੀ ਖੁੱਲ੍ਹੀ ਛੁੱਟੀ ਆ, ਪਰ ਮੈਂ ਤਾਂ ਇਹੋ ਕਹੂੰਗਾ ਵੀ ਵੀਰੇ ਐਵੇਂ ਕੰਮ ਨਾ ਖਰਾਬ ਕਰਾ ਲਿਓ ਆਪਣਾ। ਅਤੇ ਰਿਪੋਰਟਾਂ ਹੋ ਗਈਆਂ ਨੇ ਸਾਰੀਆਂ ਉਹ ਦੋਵਾਂ, ਆਹ ਜਿਹੜੀਆਂ ਦੋ, ਜੇ ਮੈਂ ਉਹ ਵਾਲੀ ਇੱਕ ਹੋਰ ਸੁਣ ਲਓ ਗੱਲ, ਜੇ ਮੈਂ ਪਹਿਲੀ ਨਾ ਕਰਦਾ ਉਹ ਡਿਲੀਟ, ਉਹ ਵੀ ਮੈਂ ਰਿਪੋਰਟ ਕਰਾਉਣੀ ਸੀ ਨਾਲ, ਸਹੀ ਹੈ ਨਾ, ਫਿਰ ਤੁਹਾਡਾ ਸਾਰਿਆਂ ਦਾ ਉਹ 'ਚ ਵੀ ਨਿਤਾਰਾ ਹੋਣਾ ਸੀ ਜਿਹੜੇ ਗਲਤ ਕਰਦੇ ਆ ਕਮੈਂਟ। ਇਸ ਕਰਕੇ ਨਾ ਭਾਵੇਂ ਕੋਈ ਕਿਸੇ ਦਾ ਵੀ ਪੈਣਾ, ਕਿਸੇ ਨੂੰ ਗਲਤ ਨਾ ਕਹੋ, ਠੀਕ ਆ।